आए दिन दहेज प्रताड़ना के मामले सामने आते रहते हैं, जिसके चलते कई मासूम महिलाएं इस दहेज की बलि चढ़ चुकी हैं। उसी के चलते पठानकोट के साथ लगते गांव मट्टी में ससुराल वालों द्वारा प्रताड़ित की गई महिला की पति पत्नी की आपसी लड़ाई के कारण मौत हो गई, जिसके लिए शाहपुर कंडी पुलिस ने मृतक के पिता तरसेम लाल की शिकायत पर मृतक महिला मधुबाला के पति धर्म सिंह निवासी मट्टी के खिलाफ मामला दर्ज कर कार्रवाई शुरू कर दी है। मृतक की शादी करीब 3 साल पहले हुई थी और पति दहेज को लेकर उसे तंग परेशान करता था। बीती रात भी इसी मसले को लेकर दोनों पति पत्नी में लड़ाई हुई और मृतक के पति ने उसकी काफ़ी मारपीट की, जिसके बाद उसकी मौत हो गई। फिलहाल पुलिस ने मामला दर्ज कर कार्रवाई शुरू कर दी है। आइए आपको दिखाते हैं पठानकोट से लकी सरोज की पूरी रिपोर्ट। कोई कर रहा है कुड़ी सवेरे साढ़े को राती गई है, बड़ी सोहनी कुड़ी साड़ी रात गई है। सवेरे ने परौने ने सू फोन किया कि थोड़ी कुड़ी हो सकती घर आओ तो जल्दी आओ, पता नहीं गल है इन अभी जिन्हें गए तिने जाने अगे गए तो कुड़ी अकड़े दी। किन्ने बजे फोन आया? 5 बजे रात भी घर मारी गई। वो जिले गए दिखा लगे कुड़ी तो कुड़ी ना सह नहीं लै कुछ नहीं लैवे आई चुकी बेचारे ने तिना जाने ने तो बस ही कोई सकी गड्डी नहीं मोटर नहीं मिले तो सट्टा सुट्टा भी लगी दी सट्टा नाक च भी लगे दिया नसान दिया तो नाले हाथा च लगे दे ने। पुलिस की कहंदी? पुलिस की कहंदी महाराज जी? पुलिस की कहंदी? पुलिस हुण देखो की करदी है, अभी तो बस मौत के बदले मौत लैनी है बस, और कुछ नहीं मेरा मेरे को जिन्हें बिनैन हूँ के लैने ने बस मेरे को कुछ नहीं है, मौत के बदले मौत मंगनी है मैं। ਕਿੰਨੀ ਕੁ ਦੇਰ ਹੋਈ ਵਿਆਹ ਨੂੰ ਲੜਕੀ ਦੇ? ਢਾਈ ਸਾਲ ਹੋਈ ਗਏ ਨੇ ਬਸ, ਇਹੀ ਹੈ ਮੇਰੀ ਮੰਗ, ਮੇਰੀ ਮੰਗ ਇਹੀ ਹੈ ਜੇ ਮੇਰੀ ਸੁਣਾਈ। ਇਹ ਪਹਿਲੇ ਵੀ ਲੜਾਈ ਝਗੜਾ ਕਰਦੇ ਤੇ? ਮਾੜਾ ਮੋਟਾ ਤਾਂ ਕੁੜੇ ਘਰ ਨਹੀਂ ਹੁੰਦਾ, ਕੁੜੇ ਘਰ ਨਹੀਂ ਹੁੰਦਾ ਕੋਈ, ਚਲੋ ਧੀ ਵੀ ਚੰਗੀ ਵਿਚਾਰੀ ਗੱਲਾਂ ਸੰਬੰਧੀ ਹੁੰਦੀ ਪਤਾ ਨਹੀਂ ਕਰਦੀ ਮੇਰੀ ਧੀ। ਵਾਰਦਾਤ ਇਹ ਹੋਈ ਹੈ ਕਿ ਪਹਿਲੇ ਵੀ ਇਹਦਾ ਹੁੰਦਾ ਰਿਹਾ ਝਗੜਾ ਮਾੜਾ ਮੋਟਾ ਘਰਾਂ 'ਚ ਹੁੰਦੀਆਂ ਨੇ, ਇਹ ਕੁੜੀ ਮੇਰੀ ਦਾ ਤਾਂ ਜਵਾਈ ਦਾ ਤਾਂ ਇਹ ਸਮਝਾਉਣਾ ਸਮਝਾਉਣਾ, ਸਰਪੰਚ ਨੇ ਵੀ 2 ਵਾਰੀ ਸਮਝਾਇਆ ਤਾਂ ਕਹਿੰਦਾ ਹਾਂ ਇੱਕੋ ਗੱਲ ਕਹਿੰਦਾ ਵੀ ਮੈਨੂੰ ਗੁੱਸਾ ਬੜਾ ਆ, ਹੋ ਸਕਦਾ ਗੁੱਸੇ 'ਚ ਮੈਂ ਕੁਛ ਵੀ ਕਰਦਿਆਂ, ਤਾਂ ਇਹ ਸਮਝਾਉਣਾ ਯਾਰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ, ਨਿੱਕੇ ਮੋਟੇ ਜੇ ਟਮਾਟਰ ਖਿਲਰੇ ਦੇ ਹੋਣੇ ਜਾਂ ਪਿਆਜ਼ ਖਿਲਰੇ ਦੇ ਹੋਣੇ ਤਾਂ ਵੀ ਕੁੜੀ ਦਬਕੇ ਮਾਰਨੇ, ਜੇ ਕੋਈ ਤਾਂ ਕੋਈ ਬਹਾਨੇ ਲੈਂਦੇ ਹੀ ਰਹਿਣਾ, ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਹਨੇ 2.5 ਸਾਲ ਦੇ ਵਿੱਚ। ਮਧੂਬਾਲਾ ਮੱਟੀ? ਹਾਂਜੀ ਹਾਂਜੀ, ਇਹ ਮੁੰਡਾ ਵੀ ਪਿੰਡ ਮੱਟੀ ਦਾ ਹੀ ਆ, ਸਾਡੇ ਲਾਗੇ ਦਾ ਹੀ ਆ। ਹਾਂ ਸ਼ਾਮੀ ਮੈਂ ਛੱਡ ਕੇ ਆਇਆ ਇਹਨੂੰ 9 ਵਜੇ ਕੁੜੀ ਨੂੰ, ਤਾਂ ਉਸਲੇ ਕੁੜੀ ਇਹ ਵੀ ਠੀਕ ਆ, ਠੀਕ ਠਾਕ ਛੱਡ ਕੇ ਆਇਆ। ਇਹਨੇ ਮੈਨੂੰ ਕਿਹਾ ਵੀ ਦੁਕਾਨ ਮੈਂ ਬੰਦ ਕਰਤੀ ਹੈ, ਫਰਨੀਚਰ ਦਾ ਕੰਮ ਵੀ ਕਰਦਾ ਹਾਂ, ਇਹਨੇ ਪਲੈਨ ਬਣਾਉਂਦਾ ਹੈ ਨਾ ਮਾਰਨ ਦਾ, ਅਤੇ ਆਪ ਭੇਜੀਏ ਨਹੀਂ, ਅਤੇ ਸਮਾਨ ਸਮੂਨ ਡੈਡੀ ਆਪਣਾ ਇੱਥੇ ਕਈ ਤਾਂ ਇੱਕ ਗੈਂਤੀ ਪੇ ਦੀ ਹੈ, ਇਹ ਚੁੱਕ ਲਿਓ ਅਤੇ ਲੈ ਜਾਓ ਘਰ ਨੂੰ। ਮਹਾਂ ਕੀ ਗੱਲ? ਕਹਿੰਦਾ ਹੁਣ ਬਾਅਦ 'ਚ ਦੇਖਾਂਗੇ, ਤਾਂ ਇਹਦਾ ਪਲੈਨ ਹਾਂ ਵੀ ਅੱਜ ਰਾਤ ਨੂੰ ਮੈਂ ਮਾਰ ਦੇਣੀ ਹੈ ਇਹ ਕੁੜੀ। ਉਸ ਅਸੀਂ ਮੰਗ ਇਹ ਕਰਨੀ ਆ ਵੀ ਮੌਤ ਦੇ ਬਦਲੇ ਮੌਤ ਮਿਲਣੀ ਚਾਹੀਦੀ ਹੈ, ਸਾਡੀ ਇਹੋ ਮੰਗ ਹੈ। ਮੇਰੀ ਉਮਰ ਕੈਦ ਅੰਦਰੀ ਛੜੈ, ਹਾਂ ਉਮਰ ਕੈਦ ਹੋਣੀ ਚਾਹੀਦੀ ਬਸ। ਇਹ ਬੱਚਾ ਕੁੜੀ ਸਾਡੀ ਦਾ, ਇਹ ਬੱਚਾ ਨਹੀਂ ਦੇਣਾ, ਇਹ ਅਸੀਂ ਪਾਲ ਲੈਣਾ। ਉਹਦੀ ਵਾਈਫ ਆਪਣੇ ਮਧੂਬਾਲਾ ਦੀ ਡੈਥ ਹੋਈ ਆ, ਦਾਜ ਦੂਜ ਮੰਗਦਾ ਸੀ ਉਹਦੇ ਸੰਬੰਧ 'ਚ, ਉਹਦੀ 2.5 ਸਾਲ ਤੋਂ ਪਹਿਲਾਂ ਮੈਰਿਜ ਹੋਈ ਸੀ, ਜਿਹਦੀ ਡੈਥ ਹੋ ਗਈ ਆ ਸਵੇਰ ਦੀ, ਅਤੇ ਉਹਦੇ ਸੰਬੰਧ 'ਚ ਕਾਰਵਾਈ ਚੱਲ ਰਹੀ ਹੈ। ਧਾਰਾ 304B IPC ਤਹਿਤ ਮੁਕਦਮਾ ਦਰਜ ਕੀਤਾ ਜਾ ਰਿਹਾ।
ਹਾਂਜੀ ਡੋਰੀ ਦੈਥ ਹਾਂਜੀ ਹਾਂਜੀ।